नमस्कार, हस्ता वस्ता पंजाब में आपका स्वागत है। चलिए रुक करते हैं पंजाब की तमाम खबरों की ओर। तरनतारन सरकार की घातक नीतियों से तंग आकर ग्रामीण स्तर पर कमेटियां बनाकर कांग्रेस पार्टी में शामिल होने का सिलसिला जारी है। ऑल इंडिया राजीव गांधी थिंक टैंक के प्रदेश प्रभारी बाबा सोहन सिंह गांव गांव जाकर कमेटियां बनाकर दलित वर्ग को कांग्रेस पार्टी से जोड़ रहे हैं। इस मौके पर दलित समाज के लोगों ने बताया कि विधानसभा चुनाव के दौरान वादा किया था कि सरकार बनते ही प्राथमिकता के आधार पर सड़कें पूरी तरह से बना दी जाएगी, लेकिन लूट बढ़ती जा रही है। आम आदमी पार्टी ने वादा किया था कि गरीब परिवारों को मिलने वाली सभी सुविधा पिछली सरकार से दोगुनी कर दी जाएगी, लेकिन सरकार ने ऐसा नहीं किया, जिससे तंग आकर सब कांग्रेस पार्टी में शामिल हो रहे हैं। श्री महाकाल लोक टीवी के लिए तरनतारन से जसबीर सिंह की रिपोर्ट। इस करके अही जी आज ये कांग्रेस पार्टी की 6 मैंबरी कमेटी जी ब्रह्मपुरी के तैयार की आ कि जेडे पिंडां दे विच जा के अं कमेटियां बनावांगे। तो भगवंत मान ने भी साढ़े नाल लारे ला के, क्योंकि इन्होंने लोगों ने नशे के खिलाफ वोटां पाइया ही, बीबिया ने झाड़ू पीए, साडिया धियां भैन दो बच्चे लैके साडे घरां दे विच बैठियां। तो भगवंत मान ने भी झूठे लारे ला के कोई जिहड़ी आ अपनी रसोई स्कीम ही, ये भी कोई नहीं दित्ती। 2500 रुपया पेंशन इन्हें कहा ही, पेंशन नहीं अज ताईं दित्ती। तो इस करके अं जी 6 मैंबरी कमेटी जी कांग्रेस पार्टी वालों ये जी रमनजीत सिक्की मजबूत किया जाए, क्योंकि पिछे आते हैं कि कांग्रेस पार्टी जी गरीबों की सरकार आ। ਇਹ ਮੀਟਿੰਗ ਇੱਦਾਂ ਰੱਖੀ ਗਈ ਆ ਜੀ ਕਾਂਗਰਸ ਪਾਰਟੀ ਵੱਲੋਂ, ਭਾਈ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਨੇ ਗਰੀਬਾਂ ਦੇ ਨਾਲ ਵਾਅਦੇ ਕੀਤੇ ਸੀ। ਇੱਕ ਤਾਂ ਇਹਨਾਂ ਵਾਅਦੇ ਕੀਤੇ ਸੀ ਵੀ ਅਸੀਂ ਗੈਸ ਸਿਲੰਡਰ ਜਿਹੜਾ ਉਹ ਤੋੜਾਂਗੇ, ਨਾ ਤਾਂ ਉਹ ਗੈਸ ਸਿਲੰਡਰ ਹੀ ਟੁੱਟਾ। ਫਿਰ ਬੀਬੀਆਂ ਨੂੰ ਇਹਨਾਂ ਲਾਰਾ ਲਾ ਕੇ ਵੋਟਾਂ ਪਵਾਈਆਂ ਵਾ ਵੀ ਹਜ਼ਾਰ ਰੁਪਈਆ ਤੁਹਾਡੀ ਤਨਖਾਹ ਲਵਾਵਾਂਗੇ, ਉਹ ਵੀ ਕੋਈ ਮੈਟਰ ਨਹੀਂ। ਫਿਰ ਜਿਹੜੀ ਆਪਣੀ ਇਹ ਕਣਕ ਦੀ ਗੱਲ ਚੱਲਦੀ ਆ, ਇਹ ਗਰੀਬਾਂ ਦੀ ਜਿਹੜੀ ਕਣਕ ਆ ਉਹ ਕੱਟੀ ਜਾ ਰਹੀ ਆ, ਅਤੇ ਤਗੜੇ ਬੰਦਿਆਂ ਦੀ ਕਣਕ ਜਿਹੜੀ ਆ ਉਹਨਾਂ ਨੂੰ ਗਰੀਬਾਂ ਦੀ ਕੱਟ ਕੇ ਉਹਨਾਂ ਨੂੰ ਦਹਾਂ ਦਹਾਂ ਕਿੱਲਿਆਂ ਵਾਲਿਆਂ ਨੂੰ ਅੱਠਾਂ ਅੱਠਾਂ ਕਿੱਲਿਆਂ ਵਾਲਿਆਂ ਨੂੰ ਦਿੱਤੀ ਜਾਣ ਡਈ ਆ। ਫਿਰ ਆਪਣਾ ਕਿਰਾਇਆ ਫਿਰ ਇਹਨਾਂ ਨੂੰ ਸ਼ੁਰੂ ਕਰਤਾ ਹੈ, ਬਿਜਲੀ ਦਾ ਬਿੱਲ ਵੀ ਵਧਾਤਾ ਹੈ, ਜੋ ਗਰੀਬਾਂ ਦੀ ਸਹੂਲਤ ਉਹ ਖਤਮ ਕਰੀ ਜਾਂਦੇ ਆ। ਕੌਣ ਕਰ ਰਿਹਾ ਇਹ ਜੀ? ਭਗਵੰਤ ਮਾਨ ਸਾਹਿਬ ਹੁਣੀ ਕਰਨ ਡਿਆ, ਹੋਰ ਕਿੰਨਾ ਕਰਨੀ। ਮੈਨੂੰ ਦੱਸੇ ਭਈ ਇਹ ਪੂਰਾ ਹੋਇਆ ਨਹੀਂ ਜੀ, ਪੈਸੇ ਬਹੁਤ ਜ਼ਿਆਦਾ ਦੇ ਰਹਿੰਦੇ ਆ ਜੀ ਨਰੇਗਾ ਸਕੀਮ ਦੇ। ਕੀ ਕਹਿੰਦੇ ਆ? ਉਹ ਜੀ ਇਹੋ ਕਹਿ ਦਿੰਦੇ ਅੱਜ ਆਉਂਦੇ ਭੜ ਕੇ ਆਉਂਦੇ। 2 ਰੁਪਈਏ ਜਿਹੜੀ ਆ ਸਾਨੂੰ ਮਿਲਣੀ ਚਾਹੀਦੀ ਆ, ਸਾਡਾ ਹੱਕ ਥੋੜਾ ਬਾਲਾ ਬੱਚਿਆਂ ਦਾ ਮਿਰਤ ਹੁੰਦਾ, ਚਲੋ ਰੋਟੀ ਖਾਣ ਜੋਗੀ ਤੇ ਮਿਲ ਹੀ ਜਾਂਦੇ ਸੀ ਨਾ ਸਰਕਾਰ ਵੱਲੋਂ। ਹੁਣ ਸਾਨੂੰ ਨਾ ਤੇ ਜਵਾਬ ਹੀ ਆ ਨਾ ਸਾਨੂੰ ਦੇਣ ਹੀ ਡਏ ਆ, ਸਾਨੂੰ ਵਜਕਾਏ ਰੋਲ ਕੇ ਮਾਰਨ ਡਏ। ਇਹਨਾਂ 5 ਕਿਲੋ ਮੋਦੀ ਸਾਹਿਬ ਨੇ ਕਣਕ ਦੇਣ ਡਏ ਆ, ਕਿਸੇ ਨੂੰ ਦਿੰਦੇ ਕਿਸੇ ਨੂੰ ਨਹੀਂ ਦਿੰਦੇ। ਉਹਦੇ ਵਿੱਚੋਂ ਮੈਂ ਹਿਸਾਬ ਕਰਕੇ ਦੱਸਿਆ ਵੀ ਅੱਧ ਪਾ ਦਾਣੇ ਜਿਹੜੇ ਆ 4 ਫੁਲਕੇ ਪੱਕਦੇ ਆ, ਜੇ ਕੋਈ ਸੱਜਣ ਮਿੱਤਰ ਆ ਜਾਏ ਉਹਨੂੰ ਸੁਲਾ ਕੇ ਮਾਰ ਸਕਦਾ ਉਹ। ਇਸ ਕਰਕੇ ਅਸੀਂ ਜਿਹੜੀ ਆ ਖਬਰ ਪੰਜਾਬ ਕੇ ਸਮਰਾਲਾ ਜ਼ਿਲ੍ਹੇ ਕੀ ਹੈ, ਜਹਾਂ ਗ੍ਰੀਨ ਪ੍ਰੋਜੈਕਟ ਕੇ ਨਾਮ ਪਰ ਬਾਇਓਗੈਸ ਪਲਾਂਟ ਬੰਦ ਕਰਾਨੇ ਕੇ ਲੀਏ 10 ਸਤੰਬਰ ਕੋ ਦਿੱਲੀ ਹਾਈਵੇ ਪਰ ਜਾਮ ਲਗਾਨੇ ਕੇ ਕਾਰਜਕ੍ਰਮ ਫਿਲਹਾਲ ਟਾਲ ਦਿਆ ਗਿਆ ਹੈ।
ਕੋਆਰਡੀਨੇਸ਼ਨ ਕਮੇਟੀ ਕੇ ਸਦਸ ਕੁਲਵਿੰਦਰ ਸਿੰਘ ਮੁਸ਼ਾਕਾਬਾਦ ਔਰ ਪੂਰਵ ਸਰਪੰਚ ਬਲਵਿੰਦਰ ਸਿੰਘ ਲਵਲੀ ਨੇ ਬਤਾਇਆ ਕਿ ਇਸ ਮਾਮਲੇ ਕੋ ਸੁਲਝਾਨੇ ਕੇ ਲਿਏ ਪੰਜਾਬ ਸਰਕਾਰ ਕੀ ਔਰ ਸੇ 11 ਸਤੰਬਰ ਕੋ ਬੈਠਕ ਬੁਲਾਈ ਗਈ ਹੈ ਜਿਸ ਮੇ 3 ਕੈਬਿਨੇਟ ਮੰਤਰੀ ਔਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਿਲ ਹੋਣਗੇ। ਵਹੀਂ ਸਰਕਾਰ ਕੇ ਆਸ਼ਵਾਸਨ ਕੇ ਚਲਤੇ 10 ਸਤੰਬਰ ਕੋ ਸੰਯੁਕਤ ਰੂਪ ਸੇ ਦਿੱਲੀ ਹਾਈਵੇ ਕੋ ਜਾਮ ਕਰਨੇ ਕਾ ਕਾਰਜਕ੍ਰਮ ਰੱਦ ਕਰ ਦਿਆ ਗਿਆ ਹੈ। ਸ਼੍ਰੀ ਮਹਾਕਾਲ ਲੋਕ ਟੀਵੀ ਕੇ ਲਈ ਸਮਰਾਲਾ ਸੇ ਅਨੁਰਾਗ ਸੰਦਲ ਕੀ ਰਿਪੋਰਟ। ਸਰ, ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ੍ਹ ਸਾਡੇ ਲੁਧਿਆਣੇ ਮੀਟਿੰਗ ਹੋਈ ਹੈ ਜੀ ਬਚਤ ਭਵਨ ਵਿੱਚ, ਆਪਣੇ ਡੀ ਸੀ ਸਾਹਿਬਾਨ ਮਾਲਾ ਅਤੇ ਸਾਰੇ ਅਫਸਰ ਸਾਹਿਬਾਨ ਮਾਲਾ ਹਾਜ਼ਰ ਸੀ। ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਂਦੇ ਹਾਂ। ਆਪਣੇ 11 ਤਰੀਕ ਦੀ ਉਹਨਾਂ ਨੇ ਮੀਟਿੰਗ ਕਿਹਾ ਜੀ, ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ 3 ਮੰਤਰੀ ਸਾਹਿਬਾਨ ਵਿੱਚ ਪਹੁੰਚ ਰਹੇ ਨੇ, ਹੋਰ ਵੀ ਅਫਸਰ ਸਾਹਿਬਾਨ ਪਹੁੰਚ ਰਹੇ ਨੇ, ਵੀ ਉਹ ਕਹਿੰਦੇ ਤੁਹਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ। ਅਤੇ ਬਾਕੀ ਫਿਰ ਇਹਦੇ ਲਈ ਅਸੀਂ ਜਿਹੜਾ ਸਾਡਾ ਕੱਲ੍ਹ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ, ਉਹ ਸਾਡੇ ਸਾਰੇ ਤਾਲਮੇਲ ਕਮੇਟੀ ਨੇ ਵਿਚਾਰ ਕੇ ਇਹ ਰਾਏ ਕੀਤੀ ਆ ਵੀ ਇਹੋ ਜਿਹਾ ਅਸੀਂ ਮੁਲਤਵੀ ਕਰਦੇ ਹਾਂ। ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ, ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੁਝ ਦੇ ਦਿੰਦੀ ਆ ਤਾਂ ਸਾਡਾ ਠੀਕ ਆ, ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਉੱਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਗਰਾਮ ਤਾਲਮੇਲ ਕਮੇਟੀ ਦਊਗੀ। ਸਰ, ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ੍ਹ ਸਾਡਾ। ਵਹੀਂ ਸਮਰਾਲਾ ਪੁਲਿਸ ਨੇ ਚੋਰੀ ਕੀ ਮੋਟਰਸਾਈਕਲ ਸਹਿਤ 2 ਚੋਰੋ ਕੋ ਗ੍ਰਿਫਤਾਰ ਕੀਆ ਹੈ। ਐਸਆਈ ਹਰਜਿੰਦਰ ਸਿੰਘ ਨੇ ਬਤਾਇਆ ਕਿ 14 ਅਗਸਤ ਕੋ ਸਮਰਾਲਾ ਕੇ ਕਰਨ ਹਸਪਤਾਲ ਕੇ ਬਾਹਰ ਸੇ ਇੱਕ ਬੁਲੇਟ ਮੋਟਰਸਾਈਕਲ ਚੋਰੀ ਹੋ ਗਈ ਥੀ, ਜਿਸ ਕੀ ਰਿਪੋਰਟ 7 ਸਤੰਬਰ ਕੋ ਸਮਰਾਲਾ ਪੁਲਿਸ ਥਾਣੇ ਮੇ ਡਾਕਟਰ ਗੁਰਮੁਖ ਸਿੰਘ ਨੇ ਦਰਜ ਕਰਾਈ ਥੀ। ਇਸੇ ਕੋ ਲੇਕਰ ਬੈਲੋਲਪੁਰ ਰੋਡ ਪਰ ਨਾਕਾਬੰਦੀ ਕੀ ਗਈ, ਜਹਾਂ 2 ਯੁਵਕ ਬੁਲੇਟ ਮੋਟਰਸਾਈਕਲ ਪਰ ਸਮਰਾਲਾ ਕੀ ਔਰ ਜਾ ਰਹੇ ਥੇ, ਜੋ ਕਰਨ ਹਸਪਤਾਲ ਕੇ ਬਾਹਰ ਸੇ ਚੋਰੀ ਕਰ ਚੁਕੇ ਥੇ, ਜਿਨ੍ਹੇ ਗ੍ਰਿਫਤਾਰ ਕੀਆ ਗਿਆ ਹੈ। ਸ਼੍ਰੀ ਮਹਾਕਾਲ ਲੋਕ ਟੀਵੀ ਕੇ ਲਈ ਸਮਰਾਲਾ ਸੇ ਅਨੁਰਾਗ ਸੰਦਲ ਕੀ ਰਿਪੋਰਟ। ਇਹ ਸਰ, ਡਾਕਟਰ ਕਰਨ ਹੋਸਪਿਟਲ ਹੈ ਜੀ ਮੱਛਰ ਰੋਡ 'ਤੇ, 14/8/24 ਨੂੰ ਚੋਰੀ ਹੋਇਆ ਸੀਗਾ ਜੀ। ਡਾਕਟਰ ਸਾਹਿਬ ਤੋਂ ਉੱਥੇ ਭਾਲ ਕਰਦੇ ਰਹੇ, 27 ਡਾਕਟਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਆਹ ਬੰਦੇ ਲੈ ਕੇ ਨੇ ਅਮਨ ਸਿੰਘ ਅਮਨਾ ਬਾਕੀ ਕਰਾਲਾ ਜਗਵਿੰਦਰ ਸਿੰਘ ਜੱਗਾ ਵਾਸੀ ਸਮਰਾਲਾ, ਵੀ 22 ਦੇ ਐਫਏ ਦਰਜ ਕੀਤੀ ਇਹਦੇ ਲਈ। ਸੱਤ ਜਿਹੜੇ ਮੁਕਰ ਵਾਸਤੇ ਦਰਾ ਦਿੱਤੀ ਹੈ ਬਲੋਲਪੁਰ ਰੋਡ ਤੋਂ ਇਹ ਸਮਰਾਲਾ ਸਾਹਿਬ ਨੂੰ ਆ ਰਹੇ, ਅਸੀਂ ਵੀ ਉੱਥੇ ਨਾਕਾਬੰਦੀ ਕਰ ਲਈ ਯਾਰ ਸ਼ਾਮ 6 ਵਜੇ। ਪੌਣੇ 7 ਵਜੇ ਸਾਡੇ ਕੋਲ ਇਹ ਅੱਗੇ ਰੋਕੇ ਆ, ਮੈਂ ਪੁੱਛਿਆ ਵੀ ਕਿੱਧਰੋਂ ਆਏ ਹੋ, ਮੈਂ ਕਹਿੰਦੇ ਬਲੋਲਪੁਰ ਤੋਂ ਆਏ ਹਾਂ, ਇਸ ਸਮਰਾਲਾ ਸਾਹਿਬ ਇੱਥੇ ਰਹਿਣ ਆਇਆ, ਇਸ ਕਰਕੇ ਮੋਟਰਸਾਈਕਲ ਕੀਤਾ ਜਾ, ਕਹਿੰਦੇ ਮੋਟਰ ਚੋਰੀ ਕੀਤਾ ਜੀ। ਡਾਕਟਰ ਕਰਨ ਹੋਸਪਿਟਲ 14 ਤਰੀਕ ਰਾਤ ਨੂੰ 11 ਵਜੇ ਨੰਬਰ ਬੇਟੂ ਯਾਰ ਲਈ ਸੀ, ਪੂਰੇ ਨੰਬਰ ਉਠਾਈ ਸੀ, ਉੱਥੇ ਭੰਨ ਤੋੜ ਵੀ ਕੀਤੀ ਇਹਨਾਂ ਨੇ, ਕਾਗਜ਼ ਵੀ ਮੈਂ ਸਿੱਟਤੇ ਇਹਨਾਂ ਨੇ। ਪਹਿਲਾਂ ਚੋਰੀ ਹੈ ਜੀ, ਪਹਿਲਾਂ ਹੈ ਨਹੀਂ, ਉਹੀ ਨਸ਼ੇ ਦੇ ਆਦੀ ਨੇ ਜੀ। ਚਲੀਏ ਬੜਤੇ ਅਗਲੀ ਖਬਰ ਕੀ ਔਰ, ਮੋਗਾ ਜ਼ਿਲ੍ਹੇ ਮੇ ਚੋਰੀ ਕੀ ਵਾਰਦਾਤੋਂ ਕਾ ਸਿਲਸਿਲਾ ਥਮਨੇ ਕਾ ਨਾਮ ਨਹੀਂ ਲੈ ਰਹਾ ਹੈ। ਬਦਮਾਸ਼ ਇਤਨੇ ਬੇਖੌਫ ਹੋਏ ਕਿ ਦਿਨ ਦਹਾੜੇ ਰਾਹ ਚਲਤੇ ਵਾਹਨ ਚਾਲਕ ਵੀ ਇਨਸੇ ਨਹੀਂ ਬਚ ਪਾ ਰਹੇ ਹੈ। ਇੱਕ ਐਸਾ ਹੀ ਮਾਮਲਾ ਬਾਗਾਪੁਰਾਨਾ ਸੇ ਸਾਹਮਣੇ ਆਇਆ ਹੈ, ਜਹਾਂ ਇੱਕ ਯੁਵਕ ਐਕਟਿਵਾ ਸਕੂਟੀ ਸੇ ਜਾ ਰਹਾ ਥਾ, ਤਭੀ ਬਦਮਾਸ਼ੋਂ ਨੇ ਉਸੇ ਘੇਰ ਕਰ ਪਿਸਤੌਲ ਸਟਾ ਦਿਆ, ਜਿਸਕੇ ਬਾਅਦ ਉਸੇ ਧਮਕਾ ਕਰ ਐਕਟਿਵਾ ਛੀਨ ਕਰ ਵਹਾਂ ਸੇ ਫਰਾਰ ਹੋ ਗਏ। ਵਹੀਂ ਪੀੜਿਤ ਯੁਵਕ ਭਰਪੂਰ ਸਿੰਘ ਨੇ ਬਤਾਇਆ ਕਿ ਇਸ ਮਾਮਲੇ ਕੀ ਜਾਣਕਾਰੀ ਪੁਲਿਸ ਕੋ ਦੇ ਦੀ ਗਈ ਹੈ, ਪੁਲਿਸ ਮਾਮਲੇ ਮੇਂ ਜਾਂਚ ਮੇਂ ਜੁਟੀ ਹੋਈ ਹੈ। ਸ਼੍ਰੀ ਮਹਾਕਾਲ ਲੋਕ ਟੀਵੀ ਕੇ ਲਈ ਮੋਗਾ ਸੇ ਹਰਪਾਲ ਸਿੰਘ ਸਹਾਰਨ ਕੀ ਰਿਪੋਰਟ। ਉਹ ਮੇਰੇ ਤੋਂ ਹੋਈ ਰਹੀ ਹੈ ਜੀ 11:30 ਵਜੇ 11:30 ਵਜੇ 11:40 ਤੇ। ਕੀ ਕਾਰਨ ਬਣਿਆ? ਉਹ ਮੈਂ ਇੱਥੋਂ ਆਪਣਾ ਬੱਸ ਦੇ ਸਾਹਮਣੇ ਗਲੀ 'ਚੋਂ ਆਉਂਦਾ ਸੀ, ਨਰਦ ਡਾਕਟਰ ਦੀ ਗਲੀ 'ਚੋਂ, ਉਹ ਸੇਤਿਆ ਦੰਦਾਂ ਵਾਲਾ ਡਾਕਟਰ ਆ ਜਿਹੜਾ, ਉਹਨਾਂ ਦੇ ਬਾਰ ਮੂਹਰੇ ਮੈਨੂੰ 3 ਮੁੰਡਿਆਂ ਰੋਕ ਲਿਆ ਅਤੇ ਉਹਨਾਂ ਨੇ ਮੈਨੂੰ ਡਰਾ ਡਰੂ ਕੇ ਮੇਰੇ ਤੋਂ ਸੂਟ ਹੀ ਉਹਦੇ ਲੈ ਦੇ ਮੇਰੇ ਤੋਂ।
ਤੁਹਾਨੂੰ ਰੋਕਿਆ ਸੀਗਾ ਮੈਨੂੰ? ਹਾਂਜੀ, ਉਹਨਾਂ ਨੇ ਮੈਨੂੰ ਬਸ ਐਂ ਕਿਹਾ ਸੀ ਬਈ ਆਹ ਮੁੰਡਾ ਮੁੰਡਾ ਮੁੰਡਾ, ਉਹਨਾਂ ਨੇ ਮੈਨੂੰ ਰੋਕ ਲਿਆ ਉੱਥੇ ਤੇ ਧੱਕਾ ਮਾਰ ਕੇ ਮੈਨੂੰ ਸੂਟੀ ਭਜਾ ਦੇ ਲੈ ਦੇ ਮੇਰੇ ਤੋਂ। ਕੀ ਕਹਿ ਦਿੰਦੇ ਉਹਨੇ? ਮੈਨੂੰ ਡਰਾਉਂਦੇ ਜੋ ਬਈ ਮੈਂ ਪਿਸਟਲ ਦਿਖਾ ਪਿਸਟਲ ਦਿਖਾ ਮੁੰਡੇ ਨੂੰ ਆ ਦੇ ਨੂੰ ਆ ਦੇ। ਤੁਹਾਨੂੰ ਪਿਸਟਲ ਦਿਖਾਇਆ ਤੁਹਾਨੂੰ? ਨਹੀਂ ਜੀ। ਤੇ ਫਿਰ ਤੁਸੀਂ ਕਿਹਾ ਬਿਨਾਂ ਪਿਸਟਲ ਦਿਖਾਏ ਜਿਵੇਂ ਕਿਵੇਂ ਡਰ ਗਏ ਕੀ? ਮੈਂ ਡਰ ਹੀ ਗਿਆ ਥੋੜ੍ਹਾ ਜਿਹਾ, ਬਸ ਮੈਨੂੰ ਉਹਨਾਂ ਨੇ ਸਟੂਡੀਓ ਤੇ ਬੈਠੇ ਬੈਠੇ ਐਂ ਧੱਕਾ ਮਾਰਿਆ ਇੱਧਰ ਨੂੰ ਤੇ ਉਸ ਤੋਂ ਬਾਅਦ ਉਹ ਸਟੂਡੀਓ ਸੈਲਫ ਮਾਰ ਤੇ ਭੱਜ ਗਏ ਉਹ। ਪਤਾ ਨਹੀਂ ਲੱਗਾ? ਨਹੀਂ ਜੀ। ਪੁਲਿਸ ਨੂੰ? ਹਾਂਜੀ, ਪੁਲਿਸ ਨੂੰ ਰਿਪੋਰਟ ਦਿੱਤੀ ਆਈ, ਕਾਰਵਾਈ ਚੱਲੀ ਆ। ਨਹੀਂ ਕਿਸੇ ਦਿਨ ਆਪਾਂ ਨੂੰ ਜਾਣਦੀ ਨੀ ਹੈਗੀ, ਨਾ ਨਾ ਤੇ ਲੜਾਈ ਨੀ ਹੈਗੀ ਆਪਾਂ, ਉਹ ਮੇਰੇ ਤੋਂ। ਖਬਰ ਮਹਾ ਪੰਜਾਬ ਕੇ ਤਰਨ ਤਾਰਨ ਜ਼ਿਲ੍ਹੇ ਕੀ ਹੈ, ਜਹਾਂ ਗਾਂਵ ਸੀਤੋਮਾਹਾ ਜੁੱਗੀ ਕੇ ਇੱਕ ਯੁਵਕ ਲਵਪ੍ਰੀਤ ਸਿੰਘ ਕੀ ਜ਼ਿਆਦਾ ਨਸ਼ੇ ਕੀ ਵਜ੍ਹਾ ਸੇ ਮੌਤ ਹੋ ਗਈ। ਬਤਾਇਆ ਜਾ ਰਹਾ ਹੈ ਕਿ ਯੁਵਕ ਕੋ ਨਸ਼ੀਲਾ ਪਦਾਰਥ ਦਿਆ ਗਿਆ ਥਾ, ਜਿਸ ਕੀ ਵਜ੍ਹਾ ਸੇ ਉਸਕੀ ਮੌਤ ਹੋਈ ਹੈ। 25 ਵਰਸ਼ੀਏ ਲਵਪ੍ਰੀਤ ਸਿੰਘ ਵਿਦੇਸ਼ ਜਾਣੇ ਕੇ ਲਈ ਫਾਈਲ ਦਾਇਰ ਕੀਆ ਥਾ ਔਰ ਉਸਕੀ ਪਤਨੀ ਵੀ ਜ਼ਿਆਦਾ ਨਸ਼ੇ ਕਰਨੇ ਕੀ ਵਜ੍ਹਾ ਸੇ ਉਸੇ ਛੋੜ ਕਰ ਜਾ ਚੁੱਕੀ ਥੀ। ਫਿਲਹਾਲ ਪੁਲਿਸ ਮਾਮਲੇ ਮੈਂ ਆਗੇ ਕੀ ਕਾਰਵਾਈ ਕਰ ਰਹੀ ਹੈ। ਸ਼੍ਰੀ ਮਹਾਕਾਲ ਲੋਕ ਟੀਵੀ ਕੇ ਲਈ ਤਰਨ ਤਾਰਨ ਸੇ ਵਿਸ਼ਾਲ ਕਟਾਰੀਆ ਕੀ ਰਿਪੋਰਟ। ਇਹਦਾ ਲਾਭ ਜੀ ਦਾ ਕਿੱਥੋਂ ਦਾ ਹੈ? ਇਹ ਸੀ ਤੋਂ ਮੈਂ ਚੁੱਕੀ ਹਾਂ। ਕਿੱਥੋਂ ਪਤਾ ਪਿਆ? ਇੱਥੇ ਹੋ ਗਿਆ ਘੰਟਾ ਡੇਢ ਘੰਟਾ ਦਾ, ਅਸੀਂ ਮਹੀਨਾ ਹੀ ਹੋ ਗਿਆ ਇਹਨਾਂ ਨੂੰ ਵੇਚਦੇ ਨੂੰ, ਕਦੀ ਇੰਜੈਕਸ਼ਨ ਲਾ ਕੇ ਕਦੀ ਪਿੱਛੇ ਝਾੜੀਆਂ 'ਚ ਬੈਠਦੇ, ਇੱਥੇ ਕਦੀ ਗਲੀਆਂ 'ਚ ਟਹਿਲਦੇ ਆ, ਕਦੀ ਕਿਤੇ। ਅੱਜ ਵੀ ਸਵੇਰੇ ਮੈਂ 10 ਵਜੇ ਆਪਣੀ ਦੁਕਾਨ 'ਤੇ ਬੈਠਾ ਸਾਹਮਣੇ ਆਇਆ ਵਾ, 10 ਕੁ ਵਜੇ ਦੇ ਕਰੀਬ ਹੀ ਆਇਆ ਉੱਧਰੋਂ ਕਲੋਨੀ 'ਚੋਂ, ਇੱਥੇ ਅੱਡੇ 'ਤੇ ਆ ਕੇ ਅਤੇ ਇੱਥੇ ਬੈਠ ਗਿਆ ਵਾ ਬੈਠਾ ਹੀ। ਬਸ 2 ਮਿੰਟ ਬਾਅਦ ਮੈਂ ਉੱਥੋਂ ਦੁਕਾਨ ਤੋਂ ਵੇਖਿਆ ਸਾਹਮਣੇ ਕਿ ਨਹੀਂ ਹਿੱਲ ਰਿਹਾ, ਮੈਂ ਲਾਗੇ ਆ ਕੇ ਵੇਖਿਆ ਤਾਂ ਬਿਲਕੁਲ ਹੀ ਡੈਡ ਹੋ ਗਿਆ। ਅਸੀਂ ਤਾਂ ਸਗੋਂ ਆ ਕੇ ਛਾਤੀ ਛੋਤੀ ਪੰਪ ਪੰਪ ਕੀਤਾ ਕਿ ਉੱਠ ਜੂਗਾ, ਪਰ ਨਹੀਂ। ਇਹ ਮੈਂ ਆਇਆ ਜੀ ਹੁਣ ਮੌਕੇ 'ਤੇ, ਅਤੇ ਇਹਨਾਂ ਦਾ ਪਰਿਵਾਰ ਵੀ ਆਇਆ ਪਿੰਡੋਂ, ਇਹ ਕਹਿੰਦੇ ਵੀ ਆਇਆ ਸਵੇਰੇ ਇੱਥੇ ਪੱਟੀ ਸੌਦਾ ਪੱਤਾ ਲੈਣ, ਅਤੇ ਇਹਨਾਂ ਨੂੰ ਫੋਨ ਗਿਆ ਵੀ ਡੈਡ ਬੋਡੀ ਪਈ ਹੈ, ਇਹ ਹੁਣ ਤਫਤੀਸ਼ ਕਰ ਰਹੇ ਹਾਂ ਵੀ ਇਹਨੇ ਵੀ ਕਿਸ ਹਾਲਾਤਾਂ 'ਚ ਇਹਦੀ ਮੌਤ ਹੋਈ ਹੈ। ਪਤਾ ਲੱਗਾ ਵੀ ਨਸ਼ਾ ਕੋਈ ਸੇਵਨ ਕੀਤਾ ਕੋਈ ਲੋਕਾਂ ਨੇ ਦੱਸਿਆ ਜਿਹੜਾ? ਪਤਾ ਨਹੀਂ ਜੀ, ਇਹ ਤਾਂ ਆਪਾਂ ਮੈਡੀਕਲ ਕਰਾਵਾਂਗੇ ਤਾਂ ਪੋਸਟਮਾਰਟਮ ਕਰਾਵਾਂਗੇ ਫਿਰ ਪਤਾ ਲੱਗੂਗਾ, ਇਹ ਤਾਂ ਅੰਦਾਜ਼ਾ ਹੀ ਲਾ। ਚਲੇ ਬੜਤੇ ਅਗਲੀ ਖਬਰ ਕੀ ਔਰ, ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕੇ 527ਵੇਂ ਵਿਵਾਹ ਪਰਵ ਕੇ ਸੰਬੰਧ ਮੇਂ ਮੈਨੇਜਰ ਭਾਈ ਗੁਰਬਖਸ਼ ਸਿੰਘ ਕੀ ਅਧਿਕਸ਼ਤਾ ਮੇਂ ਇਤਿਹਾਸਿਕ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਸੇ ਗੁਰੂਦੁਆਰਾ ਸਤੀ ਕਰਤਾਰੀਆ ਬਟਾਲਾ ਤੱਕ ਅਲੌਕਿਕ ਵਿਸ਼ਾਲ ਨਗਰ ਕੀਰਤਨ ਕੇ ਰੂਪ ਮੇਂ ਬਾਰਾਤ ਰਵਾਨਾ ਹੋਈ। ਇਸ ਮੌਕੇ ਪਰ ਪਹੁੰਚੇ MLA ਸੁਲਤਾਨਪੁਰ ਲੋਧੀ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਭੀ ਸ਼ਰਧਾਲੂਓਂ ਕੋ ਸ਼੍ਰੀ ਗੁਰੂ ਨਾਨਕ ਦੇਵ ਕੇ ਵਿਵਾਹ ਪਰਵ ਕੀ ਵਧਾਈ ਦੀ ਔਰ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਹਮੇ ਸਹੀ ਰਾਸਤੇ ਪਰ ਚਲਨੇ ਕਾ ਸੰਦੇਸ਼ ਦਿਆ ਹੈ। ਸ਼੍ਰੀ ਮਹਾਕਾਲ ਲੋਕ ਟੀਵੀ ਕੇ ਲਈ ਕਪੂਰਥਲਾ ਸੇ ਅਜੇ ਸਬਰਵਾਲ ਕੀ ਰਿਪੋਰਟ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਾ ਰਹੀ ਆ। ਹਰ ਸਾਲ ਸੰਗਤਾਂ ਵੱਧ ਚੜ੍ਹ ਕੇ ਇਸ ਦਿਨ ਨੂੰ ਮਨਾਉਂਦੀਆਂ ਨੇ ਅਤੇ ਇਸ ਸਾਲ ਵੀ ਸਾਰੀ ਸੰਗਤਾਂ ਬਟਾਲੇ ਤੋਂ ਵੀ ਸੰਗਤਾਂ ਆਈਆਂ, ਸੁਲਤਾਨਪੁਰੋਂ ਵੀ ਸੰਗਤਾਂ ਚੱਲੀਆਂ ਅਤੇ ਮੈਂ ਸਾਰੀਆਂ ਸੰਗਤਾਂ ਨੂੰ ਧੰਨਵਾਦ ਕਰਦਾ ਅਤੇ ਪੰਜਾਬ 'ਚ ਦੇਸ਼ 'ਚ ਬਾਹਰ ਵੱਸਦੇ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਦਿਹਾੜੇ ਦੀ ਬਹੁਤ ਬਹੁਤ ਵਧਾਈ ਦਿੰਦਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਸਭ ਸੰਗਤਾਂ ਦਾ ਬੜਾ ਧੰਨਵਾਦ। ਸਵੇਰ ਦਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਦਿਸ ਰਿਹਾ ਹੈ। ਮਹਾਰਾਜ ਕਿਰਪਾ ਕਰੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ, ਗੁਰਸਿੱਖੀ ਜੀਵਨ ਬਖਸ਼ੇ,
ਮਹਾਰਾਜ ਸੱਚੇ ਪਾਤਸ਼ਾਹ ਹੱਕ ਸੱਚ ਤੇ ਬੋਲਣ ਦੀ ਤੇ ਵਰਤਣ ਦੀ। ਸੰਤਨ ਗੁਰੂ ਨਾਨਕ ਦੇਵ ਜਗਤ ਗੁਰੂ ਦਾਤਾ ਲਖਪੁਰਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਅੱਜ ਮਾਤਾ ਤ੍ਰਿਪਤਾ ਜੀ, ਭਾਈਆ ਜੈ ਰਾਮ ਜੀ, ਪਹਿਤਾ ਕਾਲੂ ਪਿਤਾ ਜੀ, ਸਤਿਕਾਰਯੋਗ ਪਿਤਾ ਜੀ, ਵੱਡੀ ਭੈਣ ਬੇਬੇ ਨਾਨਕੀ ਅੱਜ ਆਪਣੇ ਭਰਾ ਨੂੰ ਇਸ ਪੁੱਤਰ ਧਰਤੀ ਤੋਂ ਮਾਤਾ ਸੁਲੱਖਣੀ ਜੀ ਨੂੰ, ਜਗਤ ਮਾਤਾ ਸੁਲੱਖਣੀ ਜੀ ਨੂੰ ਵਿਆਹਣ ਵਾਸਤੇ ਬਟਾਲੇ ਦੀ ਧਰਤੀ ਤੇ ਗਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਰੰਭਤਾ ਹੋ ਚੁੱਕੀ ਹੈ। ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਤ ਕਰਤਾਰੀਆ ਸਾਹਿਬ ਵਿਖੇ ਬਟਾਲਾ ਦੇਰ ਰਾਤ ਪਹੁੰਚੇਗਾ। ਤੋ ਆਪ ਜੀ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਹੈ।